ਵਿਭਾਗ ਨੇ ਸਰਦੂਲਗੜ੍ਹ ਦੇ ਪਿੰਡ ਨਾਰਾ ਵਿੱਚ ਗੁਪਤ ਸੂਚਨਾ ਮਿਲਣ ਤੇ ਕਾਰਵਾਈ ਕਰਦਿਆਂ ਦੁੱਧ ਡੇਅਰੀ ਦੀ ਆੜ ਵਿੱਚ ਤਿਆਰ ਕੀਤੇ ਜਾ ਰਹੇ ਨਕਲੀ ਦੁੱਧ ਦਾ ਪਰਦਾਫਾਸ਼ ਕੀਤਾ। ਡੇਅਰੀ ਮਾਲਕ ਵੱਲੋਂ ਘਰ ਵਿੱਚ ਲੁਕਾ ਕੇ ਰੱਖੇ ਗਏ 220 ਲੀਟਰ ਪਾਮ ਆਇਲ, 2 ਗੱਟੇ ਨਿਊਟਰਲਾਈਜ਼ਰ, 25 ਗੱਟੇ ਮਲਟੋਡੈਕਸਟ੍ਰਾਈਨ ਅਤੇ 450 ਲੀਟਰ ਦੁੱਧ ਬਰਾਮਦ ਕੀਤਾ ਗਿਆ। ਫੂਡ ਕਮਿਸ਼ਨਰ ਅੰਮ੍ਰਿਤਪਾਲ ਸਿੰਘ ਤੇ ਫੂਡ ਸੇਫਟੀ ਅਫਸਰ ਚਰਨਜੀਤ ਸਿੰਘ ਨੇ ਦੱਸਿਆ ਕਿ ਫੜੇ ਗਏ ਮਟੀਰੀਅਲ ਦੇ ਸੈਂਪਲ ਭਰ ਲਏ ਗਏ ਹਨ ਤੇ ਰਿਪੋਰਟ ਆਉਣ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ। ਸਾਨੂੰ ਪਿਛਲੇ ਕੁਝ ਦਿਨਾਂ ਤੋਂ ਇਨਫੋਰਮੇਸ਼ਨ ਆ ਰਹੀ ਸੀ ਵੀ ਇੱਥੇ ਸਰਦੂਲਗੜ੍ਹ ਦੇ ਨੇੜੇ ਪਿੰਡ ਨਾਰਾ ਵਿਖੇ ਕੋਈ ਮਤਲਬ ਬੰਦਾ ਸੁਖਜਿੰਦਰ ਸਿੰਘ ਨਾਮ ਦਾ ਵਿਅਕਤੀ ਡੇਅਰੀ ਚਲਾ ਰਿਹਾ ਹੈ, ਜਿਸ ਦੀ ਆੜ ਵਿੱਚ ਉਹ ਕਾਫ਼ੀ ਗੁਰਖ ਧੰਦਾ ਚਲਾ ਰਿਹਾ ਹੈ, ਜਿਸ ਵਿੱਚ ਸੁੱਕਾ ਦੁੱਧ ਪਾਊਡਰ ਕਾਫ਼ੀ ਕੁਛ ਬਰਾਮਦ ਹੋਇਆ। ਅੱਜ ਦੀ ਡੇਟ ਵਿੱਚ ਅਸੀਂ ਸੈਂਪਲ ਕੀਤੇ ਨੇ, ਲਗਭਗ 6 ਸੈਂਪਲ ਅਸੀਂ ਅਲੱਗ ਅਲੱਗ ਕੈਟਾਗਰੀ ਦੇ ਜੋ ਵੀ ਬਰਾਮਦ ਹੋਇਆ ਉਸਦੇ ਸੈਂਪਲ ਲੈ ਕੇ ਚੰਡੀਗੜ੍ਹ ਲੈਬ ਵਿੱਚ ਭੇਜ ਦਿੱਤੇ ਗਏ ਨੇ ਅਤੇ ਉਸ ਦੀ ਅਗਲੀ ਕਾਰਵਾਈ ਲੈਬ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਕੀਤੀ ਜਾਊਗੀ। ਪਿਛਲੇ 15 ਦਿਨਾਂ ਦੇ ਵਿੱਚੋਂ ਸਾਨੂੰ ਕੋਈ ਇਨਫੋਰਮੇਸ਼ਨ ਆ ਰਹੀ ਸੀ, ਅਸੀਂ ਇਹਨੂੰ ਟਰੇਸ ਕਰਦੇ ਇੱਕ ਸੁਖਵਿੰਦਰ ਸਿੰਘ ਜੋ ਪਿੰਡ ਨਾਰਾ ਦੇ ਵਿੱਚ ਹੈ, ਨੇੜੇ ਸਰਦੂਲਗੜ੍ਹ ਦੇ ਨੇੜੇ ਪਿੰਡ ਹੈ, ਉੱਥੇ ਸੁਖਵਿੰਦਰ ਸਿੰਘ ਦੀ ਡੈਰੀ ਹੈ, ਉਹਦੇ ਘਰ ਦੇ ਵਿੱਚੋਂ ਆਪਾਂ ਨੂੰ ਮਲਟੋਡੈਕਸਟ੍ਰੋਨ ਜੋ ਕਿ SNF ਵਧਾਉਣ ਲਈ ਜਾਂ ਨਿਊਟਰਲਾਈਜ਼ਰ ਹੈ ਅਤੇ ਨਾਲ ਹੀ ਪਾਮ ਹੋਏ 220 ਲੀਟਰ ਕਿਤੇ ਬਰਾਮਦ ਹੋਇਆ ਅਤੇ ਇਹਦੇ ਸੈਂਪਲ ਲੈ ਲਏ। ਟੋਟਲ 6 ਸੈਂਪਲ ਲਿੱਤੇ ਗਏ ਹੈ, ਜਿਹੜੇ ਕਿ 2 ਦੁੱਧ ਦੇ ਹੈ, 1 ਪਾਮ ਓਇਲ ਹੈ, 2 ਮਲਟੋਡੈਕਸਟ੍ਰੋਨ ਹੈ, 1 ਨਿਊਟਰਲਾਈਜ਼ਰ ਹੈ ਜੋ ਅਡਲਟਰੈਂਟ ਦੇ ਤੌਰ 'ਤੇ ਯੂਜ਼ ਕੀਤਾ ਜਾ ਰਿਹਾ ਸੀ। ਟੋਟਲ ਸੈਂਪਲ ਲੈ ਕੇ ਭੇਜ ਦਿੱਤੇ ਆ, ਬਾਕੀ ਸਾਰਾ ਮਾਲ ਕਸਟਡੀ ਦੇ ਵਿੱਚ ਲੈ ਗਏ ਆ ਅਤੇ ਫੂਡ ਐਨਲਿਸਟ ਦੀ ਰਿਪੋਰਟ ਆਉਣ 'ਤੇ ਨਾਲ ਦੇ ਨਾਲ ਕਾਰਵਾਈ ਜਿਹੜੀ ਬਣਦੀ ਕੀਤੀ ਜਾਊਗੀ। ਸਿਹਤ ਵਿਭਾਗ ਵੱਲੋਂ ਫੜਿਆ ਗਿਆ ਸਾਰਾ ਸਮਾਨ ਸਰਦੂਲਗੜ੍ਹ ਪੁਲਿਸ ਨੂੰ ਕਬਜ਼ੇ ਵਿੱਚ ਦੇ ਦਿੱਤਾ ਗਿਆ। ਸਹਾਇਕ ਥਾਣੇਦਾਰ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਗਲੂਕੋਜ਼ ਸੁੱਕਾ ਦੁੱਧ ਅਤੇ ਰਿਫਾਈਨ ਨਾਲ ਨਕਲੀ ਦੁੱਧ ਤਿਆਰ ਕੀਤਾ ਜਾਂਦਾ ਸੀ। ਇਹਨਾਂ ਦੇ ਕੋਲ ਜੀ ਆਪਾਂ ਨੂੰ ਇੱਕ ਤਾਂ ਗਲੂਕੋਜ਼ ਮਿਲਿਆ ਜੀ ਅਤੇ ਇੱਕ ਸੁੱਕਾ ਦੁੱਧ ਜੀ ਅਤੇ ਇੱਕ ਰਿਫਾਈਨ ਮਿਲਿਆ ਜੀ, ਜਿਹਨੂੰ ਮਿਲਾ ਕੇ ਇਹ ਨਕਲੀ ਦੁੱਧ ਤਿਆਰ ਕਰਦੇ ਸੀਗੇ ਅਤੇ ਉਹ ਸਾਰਾ ਕਬਜ਼ੇ ਦੇ ਵਿੱਚ ਲੈ ਕੇ ਉਹਦਾ ਸੈਂਪਲ ਭਰ ਲਏ ਕਰਦੇ ਸੀਗੇ ਅਤੇ ਰਾਤ ਨੂੰ ਤਿਆਰ ਕਰਦੇ ਸੀਗੇ। ਇਹ ਤੋਂ ਬਾਅਦ ਨਕਲੀ ਦੁੱਧ ਤਿਆਰ ਕਰਨ ਵਾਲੇ ਸੁਖਜਿੰਦਰ ਸਿੰਘ ਨੇ ਫੜੇ ਗਏ ਸਮਾਨ ਨੂੰ ਤਿਆਰ ਕਰਨ ਦੀ ਗੱਲ ਤੋਂ ਇਨਕਾਰ ਕਰਦਿਆਂ ਕਿਹਾ ਕਿ ਇਹ ਸਮਾਨ ਗੋਲੀਆਂ ਟੌਫੀਆਂ ਲਈ ਵੇਚਦਾ ਸੀ, ਪਰ ਉਸਨੇ ਮੰਨਿਆ ਕਿ ਉਹ 6 ਮਹੀਨਿਆਂ ਤੋਂ ਕੰਮ ਕਰ ਰਿਹਾ ਸੀ ਪਰ ਉਸ ਕੋਲ ਕੋਈ ਵੀ ਲੋੜੀਂਦਾ ਲਾਇਸੈਂਸ ਨਹੀਂ ਹੈ। ਇਹ ਗਲੂਕੋਜ਼ ਟ੍ਰੇਡ ਕਰਦੇ ਆ, ਮਤਲਬ ਪਰ ਮਹਿੰਗੀ ਹੈ, ਸਰਦੂਲਗੜ੍ਹ ਦੁਕਾਨ ਸੀ, ਉਹ ਦੁਕਾਨ ਬੰਦ ਹੋਣ ਕਰਕੇ ਇਹ ਸਮਾਨ ਇੱਥੇ ਮਤਲਬ ਘਰ ਲਿਆ ਕੇ ਸਾਡੀ ਸਾਂਝੀ ਫਰਮ ਸਪੋਰਟ ਨਾਂ 'ਤੇ SAB ਦੇ ਨਾਂ 'ਤੇ ਬਿੱਲ ਵੀ ਆਉਂਦਾ ਹੈਗਾ ਅਤੇ ਹਾਂਜੀ ਬਿੱਲ ਆਪਣੇ ਕੱਲਾ ਵੇਟ ਨੰਬਰ ਹੈ ਬਿੱਲ ਅਤੇ ਫੂਡ ਲਾਇਸੈਂਸ ਜੇ ਲਿਆ ਨਹੀਂ ਸੀ, ਬਸ 6 ਮਹੀਨੇ ਲੈਣਾ ਸੀ, ਦੁੱਧ ਨਹੀਂ ਬਣਾਇਆ, ਕਦੇ ਵੀ ਨਹੀਂ ਬਣਾਇਆ ਸਿਸਟਮ ਵਿੱਚ ਸਾਡੇ ਤੋਂ, ਮਤਲਬ ਟੌਫੀ ਚੌਕਲੇਟ ਜਿਹੜੇ ਬਣਦੇ ਆ ਗੱਚਕ ਵਗੈਰਾ ਉਹ ਗਲੂਕੋਜ਼ ਲੈ ਲੈ ਰਹੇ। ਸਪੋਕਸਮੈਨ TV ਦੇ ਲਈ ਮਾਨਸਾ ਤੋਂ ਕੁਲਜੀਤ ਸਿੰਘ ਸਿੱਧੂ ਦੀ ਰਿਪੋਰਟ।